ਫੇਰ ਨਮਸਕਾਰ ਤੇ ਜੈਨ ਤਾਂ ਮੈਂ ਰੋਜ਼ ਹੀ ਸੁਣਦਾ ਤੁਸੀਂ ਮੈਨੂੰ ਐ ਦੱਸੋ ਵੀ ਕਿੱਧਰ ਮੂੰਹ ਚੱਕਿਆ ਬਈ ਸਾਡੀ ਰਿਪੋਰਟ ਲਿਖੋ ਜੀ ਰਿਪੋਰਟ ਤਾਂ ਲਿਖਿਆ ਗਈ ਦਿੱਤੀ ਗੱਲ ਨੀ ਪਹਿਲੇ ਮੈਨੂੰ ਤੁਸੀਂ ਸਾਰੀ ਗੱਲਬਾਤ ਦੱਸੋ ਵੀ ਗੱਲਬਾਤ ਹੋਈ ਕਿਵੇਂ ਅਸੀਂ ਰਾਤ ਨੂੰ ਸੁੱਤੇ ਪਏ ਸੀ ਦੋ ਬੰਦੇ ਆਪਸ ਵਿੱਚ ਗੱਲ ਕਰਨ ਲੱਗ ਗਏ ਜੇ ਬੋਲੇ ਤੇ ਮਾਰ ਦਾਂਗੇ ਉਸ ਤੋਂ ਬਾਅਦ ਸਾਰਾ ਸਮਾਨ ਇਕੱਠਾ ਕੀਤਾ ਤੇ ਲੈ ਕੇ ਚੱਲਦੇ ਬਣੇ ਸਾਰਾ ਸਮਾਨ ਲੈ ਗਏ ਸਾਰਾ ਲੈ ਗਏ ਤੇ ਫਿਰ ਸਾਡੇ ਵਾਸਤੇ ਕੀ ਛੱਡ ਕੇ ਗਏ ਤੁਸੀਂ ਆਪ ਕਿਉਂ ਨੀ ਬੋਲੇ ਅਸੀਂ ਸੋਚਿਆ ਕਿ ਬਈ ਜੇ ਅਸੀਂ ਬੋਲਾਂਗੇ ਤਾਂ ਸਾਨੂੰ ਮਾਰ ਦੇਣਗੇ ਇਹਦਾ ਮਤਲਬ ਸੋਨੂੰ ਮਾਰਨਾ ਜਾਣ ਸਾਨੂੰ ਮਾਰ ਜਾਣ ਕਿਹੜੀ ਰਿਪੋਰਟ ਲਿਖਾਂ ਕਾਹਦੀ ਰਿਪੋਰਟ ਲਿਖਾਂ ਪਹਿਲਾਂ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਇਹ ਡਾਕਾ ਕਿ ਚੋਰੀ ਹੈ ਜਿੰਨਾ ਚਿਰ ਮੈਂ ਇਹਦੀ ਸੰਭਾਵਨਾ ਪੂਰੀ ਨਹੀਂ ਕਰ ਲੈਂਦਾ ਵੀ ਇਹ ਡਾਕਾ ਕਿ ਚੋਰੀ ਹੈ ਉਹਨਾਂ ਚਿਰ ਮੈਂ ਰਿਪੋਰਟ ਥੋੜੀ ਕਿਵੇਂ ਲਿਖ ਸਕਦਾ ਕਿਉਂ ਵੀ ਅਮਰੀਕ ਹਾਂਜੀ ਹਾਂਜੀ